Keystone Bridge. So actually, Wheatstone, name of scientist है, तो एक बेटा सर्किट है लाइक दिस वन. ये जो सर्किट है ना, ये तुसी नोट करो, पॉइंट ए जंक्शन बोल सकते हैं. इस जंक्शन पे दो रास्ते हो गए, ये दो अलग अलग पास है और इनके आके फिर मिल गए बी पे. तो ये जो रेजिस्टेंस है, दिस रेजिस्टेंस ए रोल प्ले कर रही है किसका, ब्रिज का, पुल का. पुल दो किनारे जोड़ता ना, तो ये पुल का, तो इन ब्रिज रेजिस्टेंस बोल दे. तो इस केस च ये जो सर्किट है, ये जो डिजाइन है, तो ये डिजाइन की स्टडी व्हीटस्टोन ने की थी, एनालिसिस की था, इस करके नो व्हीटस्टोन ब्रिज बोल दे. ये जो व्हीटस्टोन ब्रिज सर्किट है, आप लिख सकते हैं कि आ जो एसी आर्म है, इन डिफरेंट आर्म्स कह देने आप, एसी सीबी बीडी एडी, ये चार आर्म्स है और एक ब्रिज है. ये जितनी फोर आर्म्स है इस सर्किट की है, तो मान लो इस आर्म की रेजिस्टेंस है पी और क्यू इस आर्म की रेजिस्टेंस है आर एस, और आ जो रेजिस्टेंस है इसको अपना आर बी बोल सकते हैं, इनू आर बी कह सकते हैं. अगर असी इस ब्रिज सर्किट जिहड़ा ये ब्रिज सर्किट है, इहदे दो टर्मिनल ए और बी दे विच सोर्स ऑफ ईएमएफ कनेक्ट करिए, तो ये सोर्स ऑफ ईएमएफ इस सर्किट नू करंट सप्लाई करेगी. करता हुण इह जिहड़ा करंट है, ये जंक्शन ए ते पहुंच के दो पार्ट्स च डिवाइड होएगा, जनरली आई वन बाकी इस तरफ आ जाएगा. हुण आ जिहड़ा करंट आई वन है, वो सी ते पहुंच के फिर फर्दर दो पार्ट्स च डिवाइड होएगा, आई टू करंट है. जो तो डी ते पहुंचे गया तो उपरों आई टू करंट भी आ गया, तो इस तरफ करंट आई टू हो गया, तो आ करंट आई माइनस आई वन प्लस आई टू है, और इस तरफ करंट आई वन माइनस आई टू आ रहा, इस तरफ आई माइनस आई वन प्लस आई टू आ रहा, इतने मिलके फिर दोबारा आई बन जाए. तो आप एक चीज की लर्न की है कि किसी भी सर्किट, दिस इज सर्किट, किसी भी सर्किट जितना करंट एंटर करेगा उतना ही बाहर निकलना पड़ेगा अकॉर्डिंग टू लॉ ऑफ कंजर्वेशन ऑफ चार्ज.
ਠੀਕ ਹੈ, ਔਰ ਇਹ ਸਾਰੀ ਡਿਸਟ੍ਰੀਬਿਊਸ਼ਨ ਆਪਾਂ ਕੀਤੀ ਹੈ ਇਨ ਅਕੋਰਡੈਂਸ ਵਿਦ ਲਾਅ ਆਫ ਕੰਜ਼ਰ ਆਪਣਾ ਕਿਰਚਰਸ ਫਸਟ ਲਾਅ ਜੋ ਕਿ ਲਾਅ ਆਫ ਕੰਜ਼ਰਵੇਸ਼ਨ ਆਫ ਚਾਰਜ ਦੇ ਬੇਸ ਤੇ। ਹੁਣ ਦੁਬਾਰਾ ਗੱਲ ਚੁਣੋ, ਹੁਣ ਆਪਾਂ ਕੀ ਦੇਖ ਰਹੇ ਹਾਂ ਕਿ ਆਹ ਜਿਹੜਾ ਡਿਜ਼ਾਈਨ ਹੈ ਇਹ ਵੀਟ ਸਟੋਨ ਬ੍ਰਿਜ ਸਰਕਟ, ਆਹ ਜਿਹੜੀਆਂ ਫੋਰ ਰੈਜ਼ਿਸਟੈਂਸਿਸ ਆਫ ਵੀਟ ਸਟੋਨ ਬ੍ਰਿਜ ਸਰਕਟ ਹੈ, ਔਰ ਆਹ ਬ੍ਰਿਜ ਰੈਜ਼ਿਸਟੈਂਸ ਹੈ। ਹੁਣ ਜਦੋਂ ਆਪਾਂ ਇਹ ਸਰਕਟ ਨੂੰ ਦਿਮਾਗ 'ਚ ਬਿਠਾ ਲਿਆ, ਇਹ ਨੋ ਡਾਊਟ ਇਹ ਸਰਕਟ ਅਸੀਂ ਕਿਹਦੇ ਨਾਲ ਡਰਾ ਕੀਤਾ, ਰੈਜ਼ਿਸਟਰਸ ਦੇ ਨਾਲ, ਕਪੈਸਿਟਰਸ ਵੀ ਆ ਸਕਦੇ ਇਹਦੇ 'ਚ, ਤੋ ਇੱਕੋ ਇਕੁਅਲੀ ਗੁੱਡ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ, ਬਟ ਉਹ 'ਚ ਫਿਰ ਕਰੰਟ ਨਹੀਂ ਹੋਏਗਾ, ਚਾਰਜ ਹੋ ਜਾਏਗਾ। ਹੁਣ ਜਿਹੜੀ ਗੱਲ ਇੰਪੋਰਟੈਂਟ ਹੈ ਉਹ ਇਹ ਹੈ ਕਿ ਇੱਕ ਤਾਂ ਵਰਡਿੰਗ ਹੈ ਵੀਟਸਟੋਨ ਬ੍ਰਿਜ ਸਰਕਟ, ਉਹ ਆਇਆ, ਪਰ ਇੱਕ ਟਰਮ ਆਈ ਹੈ ਬੈਲੈਂਸਡ ਵੀਟਸਟੋਨ ਬ੍ਰਿਜ। ਵੀਟਸਟੋਨ ਬ੍ਰਿਜ ਤੇ ਬੈਲੈਂਸਡ ਵੀਟਸਟੋਨ ਬ੍ਰਿਜ ਦੋਨਾਂ ਚ ਕੀ ਫਰਕ ਹੈ? ਦੇਖੋ, ਅਗਰ ਇਹ ਜੋ ਵੀਟਸਟੋਨ ਬ੍ਰਿਜ ਸਰਕਟ ਹੈ ਇਹ ਪੀ ਕਿਊ ਆਰ ਐਸ ਇਹਨਾਂ ਰੈਜ਼ਿਸਟਰਸ ਦੇ ਨਾਲ ਡਿਜ਼ਾਈਨ ਕੀਤਾ ਗਿਆ, ਪੀ ਕਿਊ ਆਰ ਐਸ ਇਹ ਜਿਹੜੀਆਂ ਚਾਰ ਰੈਜ਼ਿਸਟੈਂਸਿਸ ਹੈ ਇਹਨਾਂ ਦੀ ਵੈਲਿਊ ਇਸ ਤਰ੍ਹਾਂ ਸਿਲੈਕਟ ਕੀਤੀ ਗਈ ਹੈ ਇਨ ਸੱਚ ਏ ਵੇ ਕਿ ਜਦੋਂ ਅਸੀਂ ਇਸ ਸਰਕਟ ਦੇ ਵਿੱਚ ਕਰੰਟ ਡਿਸਟ੍ਰੀਬਿਊਸ਼ਨ ਸ਼ੋਅ ਕਰਦੇ ਹਾਂ ਤਾਂ ਅਸੀਂ ਸ਼ੋਅ ਕੀਤਾ ਹੈ ਨਾ ਇੱਥੇ ਬ੍ਰਿਜ ਰੈਜ਼ਿਸਟੈਂਸ ਚ ਕਰੰਟ ਫਲੋ ਕਰ ਰਿਹਾ ਵਾ ਕਿੰਨਾ ਆਈ ਟੂ। ਪਰ ਹੁਣ ਜਿਹੜੀ ਗੱਲ ਸਮਝਣ ਵਾਲੀ ਉਹ ਇਹ ਹੈ ਕਿ ਅਗਰ ਬੇਟਾ ਇਹ ਜਿਹੜਾ ਵੀਟਸਟੋਨ ਬ੍ਰਿਜ ਸਰਕਟ ਇਸ ਤਰ੍ਹਾਂ ਪੀ ਕਿਊ ਆਰ ਐਸ ਚਾਰ ਰੈਜ਼ਿਸਟਰਸ ਨੂੰ ਜੋੜ ਕੇ ਬਣਾਇਆ ਜਾਏ ਕਿ ਬ੍ਰਿਜ ਰੈਜ਼ਿਸਟੈਂਸ ਚ ਕਰੰਟ ਫਲੋ ਨਾ ਕਰ ਪਾਏ, ਫਲੋ ਹੀ ਨਾ ਕਰੇ, ਉਹ ਕਿੱਦਾਂ ਪੋਸੀਬਲ ਹੈ? ਕਿਸੇ ਵੀ ਰੈਜ਼ਿਸਟਰ ਚ ਕਰੰਟ ਕਦੋਂ ਫਲੋ ਨਹੀਂ ਕਰੇਗਾ? ਜਦੋਂ ਉਸ ਰੈਜ਼ਿਸਟਰ ਦੇ ਦੋਨੋਂ ਐਂਡਸ ਸੇਮ ਪੋਟੈਂਸ਼ੀਅਲ ਤੇ ਹੋਏ। ਰੈਜ਼ਿਸਟਰ ਚ ਕਰੰਟ ਫਲੋ ਕਦੋਂ ਕਰੇਗਾ? ਜਦੋਂ ਉਸ ਰੈਜ਼ਿਸਟਰ ਦੇ ਦੋਨੋਂ ਐਂਡਸ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਹੋਏਗਾ। ਤੋ ਇਹਦਾ ਮਤਲਬ ਜਦੋਂ ਬ੍ਰਿਜ ਰੈਜ਼ਿਸਟੈਂਸ ਚ ਕਰੰਟ ਨਹੀਂ ਹੈ, ਆਈ ਟੂ ਜ਼ੀਰੋ ਹੈ, ਅਗਰ ਇਦਾਂ ਦੇ ਹਾਲਾਤ ਹੈ ਤਾਂ ਅਸੀਂ ਕਹਾਂਗੇ ਕਿ ਇਹ ਵੀਟਸਟੋਨ ਬ੍ਰਿਜ ਸਰਕਟ ਕੀ ਹੈ? ਬੈਲੈਂਸਡ, ਇਹ ਬੈਲੈਂਸਡ ਹੈ। ਤੋ ਬੈਲੈਂਸਡ ਵੀਟਸਟੋਨ ਬ੍ਰਿਜ ਸਰਕਟ ਦੇ ਕੇਸ ਕੀ ਹੋਏਗਾ ਕਿ ਇਹ ਜੋ ਬ੍ਰਿਜ ਰੈਜ਼ਿਸਟੈਂਸ ਹੈ ਇਹਦੇ ਚ ਕਰੰਟ ਨਹੀਂ ਹੋਏਗਾ, ਠੀਕ ਹੈ, ਤੋ ਬ੍ਰਿਜ ਕਰੰਟ ਜ਼ੀਰੋ ਹੋ ਜਾਏਗਾ। ਪਰ ਇਹ ਹੋਏਗਾ ਕਦੋਂ? ਤੋ ਇਹ ਰਿਜ਼ਲਟ ਅਸੀਂ ਡਿਰਾਈਵ ਕਰਨਾ, ਉਸ ਉਹਦੀ ਪਹਿਚਾਣ ਨਿਸ਼ਾਨੀ ਕੀ ਹੈ? ਤੋ ਬੈਲੈਂਸਡ ਵੀਟਸਟੋਨ ਬ੍ਰਿਜ ਦੀ ਕੀ ਨਿਸ਼ਾਨੀ ਹੈ? ਕਿ ਕਰੰਟ ਥਰੂ ਬ੍ਰਿਜ ਰੈਜ਼ਿਸਟਰ ਜ਼ੀਰੋ ਹੋਏਗਾ। ਔਰ ਉਹ ਕਿਉਂ ਜ਼ੀਰੋ ਹੋਏਗਾ? ਕਿਉਂਕਿ ਬ੍ਰਿਜ ਰੈਜ਼ਿਸਟਰ ਦਾ ਇੱਕ ਐਂਡ ਸੀ ਜੰਕਸ਼ਨ ਨਾਲ ਜੁੜਿਆ, ਦੂਸਰਾ ਡੀ ਨਾਲ। ਤੋ ਸੀ ਜੰਕਸ਼ਨ ਦਾ ਪੋਟੈਂਸ਼ੀਅਲ ਤੇ ਡੀ ਜੰਕਸ਼ਨ ਦਾ ਪੋਟੈਂਸ਼ੀਅਲ ਬਰਾਬਰ ਹੋਣਗੇ। ਔਰ ਉਸ ਵਕਤ ਦੀ ਨਿਸ਼ਾਨੀ ਕੀ ਹੋਏਗੀ ਪੁੱਤ? ਕਿ ਜਦੋਂ ਇਹ ਵੀਟਸਟੋਨ ਬ੍ਰਿਜ ਬੈਲੈਂਸਡ ਹੋਏਗਾ
ਤਾਂ ਉਹੀ ਨਿਸ਼ਾਨੀ ਹੈ ਕਿ ਆ ਜੋ ਆਮ ਦੀ ਰੈਜ਼ਿਸਟੈਂਸ ਹੈ ਔਰ ਉਹਦੇ ਆਪੋਜ਼ਿਟ ਆਮ ਦੀ ਰੈਜ਼ਿਸਟੈਂਸ ਹੈ, ਇਹਨਾਂ ਦੋਨਾਂ ਦਾ ਪ੍ਰੋਡਕਟ ਅਦਰ ਆਮ ਦੀ ਰੈਜ਼ਿਸਟੈਂਸਿਸ ਦੇ ਪ੍ਰੋਡਕਟ ਦੇ ਬਰਾਬਰ ਹੋਣਾ। ਤੋ ਅਗਰ ਆਪਾਂ ਕਹਿੰਦੇ ਹਾਂ ਕਿ ਵੀਟਸਟੋਨ ਬ੍ਰਿਜ ਦੀਆਂ 4 ਆਰਮਸ ਹੈ, ਇੱਕ ਆਰਮ ਦੀ ਰੈਜ਼ਿਸਟੈਂਸ P ਹੈ, ਦੂਸਰੀ ਦੀ Q ਹੈ, ਤੀਸਰੀ ਦੀ R ਹੈ, ਚੌਥੀ ਦੀ S ਹੈ, ਤਾਂ ਜਿਹੜੀਆਂ ਆਪੋਜ਼ਿਟ ਆਰਮਸ ਹੈ ਉਹਨਾਂ ਦੀ ਰੈਜ਼ਿਸਟੈਂਸਿਸ ਦਾ ਪ੍ਰੋਡਕਟ ਅਗਰ ਬਰਾਬਰ ਆ ਗਿਆ ਤਾਂ ਫਿਰ ਅਸੀਂ ਕਹਾਂਗੇ ਕਿ ਵੀਟਸਟੋਨ ਬ੍ਰਿਜ ਸਰਕਟ ਕੀ ਹੈ, ਬੈਲੈਂਸ ਹੈ। ਔਰ ਉਸ ਵਕਤ ਬ੍ਰਿਜ ਰੈਜ਼ਿਸਟੈਂਸ ਦਾ ਕਰੰਟ ਕੀ ਹੋਏਗਾ, 0। ਉਸ ਵਕਤ ਬ੍ਰਿਜ ਰੈਜ਼ਿਸਟੈਂਸ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਵੀ 0 ਹੋਵੇ। ਤੋ ਇਹ ਵੀਟਸਟੋਨ ਬ੍ਰਿਜ ਦੀ ਔਰ ਬੈਲੈਂਸਡ ਵੀਟਸਟੋਨ ਬ੍ਰਿਜ ਦੇ ਬਾਰੇ ਡਿਸਕਸ਼ਨ ਹੈ, ਇਹਨੂੰ ਨੋਟ ਕਰਕੇ ਲਿਖੋ ਪਹਿਲਾਂ। This is principle of balanced Wheatstone bridge. Balanced Wheatstone bridge, the principle ki hai ki opposite arms di resistances the product, the other opposite arms di resistances the product, barabar hona, equal hona, yaad rakhna.
प्रिंसिपल डिराइव करना है आप पर, तो लिखो डेरिवेशन ऑफ इंपॉर्टेंट है डेरिवेशन ऑफ प्रिंसिपल ऑफ डेरिवेशन ऑफ प्रिंसिपल ऑफ बैलेंस्ड व्हीटस्टोन ब्रिज. तो ये एग्जाम दे विच आना बेटा मैं हूं करन लगा साढ़े सामने
Kirchhoff's laws ਦੋ ਹੈ। ਫਸਟ ਲਾਅ ਦੇ ਅਕੋਰਡਿੰਗਲੀ ਅਸੀਂ ਕਰੰਟ ਡਿਸਟ੍ਰੀਬਿਊਸ਼ਨ ਕਰ ਚੁੱਕੇ ਹਾਂ ਤੇ ਸੈਕੰਡ ਰੂਲ ਅਸੀਂ ਇੱਕ ਇਸ ਲੂਪ ਨੂੰ ਅਪਲਾਈ ਕੀਤਾ ਔਰ ਦੂਸਰਾ ਇਸ ਨੂੰ, ਦੋਨੋਂ ਮੈਂ ਅਲੱਗ ਅਲੱਗ ਲਿਖਣੇ ਆ, ਨਾਮ ਲਿਖਤੇ ਰੂਪ ਦੇ। ਪਹਿਲਾਂ ਸਾਰਾ ਧਿਆਨ ਤੁਹਾਡਾ ਏ ਸੀ ਡੀ ਏ, ਹੁਣ ਏ ਤੋਂ ਸੀ ਐਲੀਮੈਂਟ ਹੈ, ਦੇਖੋ ਤਾਂ ਏ ਟੂ ਸੀ ਤੋਂ ਫਾਲ ਵੀ ਹੈ, ਕਿੰਨਾ ਆ ਗਿਆ ਰਿਜ਼ਲਟ ਮਾਈਨਸ ਪੀ ਆਈ ਵਨ। ਸੀ ਤੋਂ ਡੀ ਫਾਲ ਹੈ ਔਰ ਜੀ ਆਈ ਜੀ, ਡੀ ਟੂ ਹੈ ਏ ਰਾਈਜ ਹੈ ਇਜ਼ ਇਕੁਅਲ ਟੂ ਜ਼ੀਰੋ। ਉਧਰ ਵੀ ਸ਼ਿਫਟ ਕਰ ਸਕਦੇ ਪੀ ਆਈ ਵਨ ਪਲੱਸ ਜੀ ਆਈ ਨੰਬਰ ਵਨ। ਜ਼ੀਰੋ ਨਾਲ ਇਕੁਏਟ ਹੋ ਕੇ ਤੋ ਨੈਗੇਟਿਵ ਟਰਮ ਦੂਜੇ ਪਾਸੇ ਲੈ ਰਹੇ ਚਾਹਣ ਆਓ। ਇਸ ਲੂਪ ਚ ਸੀ ਟੂ ਬੀ ਕੀ ਹੈ ਫਾਲ ਹੈ, ਬੀ ਟੂ ਡੀ ਰਾਈਜ਼ ਹੈ, ਬੀ ਟੂ ਸੀ ਰਾਈਜ਼ ਹੈ, ਫਿਰ ਅਸੀਂ ਕੀ ਕੀਤਾ ਪੋਜ਼ਿਟਿਵ ਟਰਮਸ ਲੈਫਟ ਵੱਲ ਰੱਖ ਲਈਆਂ, ਨੈਗੇਟਿਵ ਰਾਈਟ ਵੱਲ ਸੈਂਡ ਕਰਤੀਆਂ, ਸ਼ਿਫਟ ਕਰਤੀਆਂ, ਹੈਨਾ। ਹੁਣ ਬੇਟਾ ਇਹ ਤਾਂ ਜਨਰਲ ਵੀਟਸਟੋਨ ਬ੍ਰਿਜ ਹੈ, ਕਿਉਂ? ਕਿਉਂਕਿ ਹਾਲੇ ਤੱਕ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਜੋ ਬ੍ਰਿਜ ਰੈਜ਼ਿਸਟੈਂਸ ਹੈ ਗਲਵੈਨੋਮੀਟਰ ਉਹਦੇ ਚ ਕਰੰਟ ਹੈ, ਪਰ ਅਸੀਂ ਤਾਂ ਬੈਲੈਂਸ ਦੀ ਵੈਨ ਵੀਟਸਟੋਨ ਬ੍ਰਿਜ ਇਜ਼ ਬੈਲੈਂਸਡ ਤਾਂ ਫਿਰ ਆਟੋਮੈਟਿਕਲੀ ਆਈ ਜੀ ਕੀ ਹੋ ਜਾਏਗਾ ਜ਼ੀਰੋ, ਔਰ ਆਈ ਜੀ ਜ਼ੀਰੋ ਹੁੰਦੇ ਸਾਰੇ ਇਕੁਏਸ਼ਨਸ ਵਨ ਐਂਡ ਟੂ ਕੈਨ ਬੀ ਰਿਟਨ ਐਸ, ਦੇਖੋ ਜਿਹੜੀ ਵਨ ਇਕੁਏਸ਼ਨ ਹੈ ਉਹ ਬਣ ਜਾਏਗੀ ਰੁਪਿਆ ਜ਼ੀਰੋ ਹੋ ਗਈ, ਔਰ ਟੂ ਜਿਹੜੀ ਹੈ ਆਹ ਜ਼ੀਰੋ ਹੈ, ਆਹ ਵੀ ਜ਼ੀਰੋ ਹੋ ਗਈ, ਆਹ ਵੀ ਜ਼ੀਰੋ 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 ਜ਼ੀਰੋ
dividing equation 3 by 4. So S by R is equal to P over Q, or P R is equal to approve over here. Wheatstone ब्रिज और बैलेंस्ड Wheatstone ब्रिज द प्रिंसिपल डिराइव करना एक मोस्ट इंपॉर्टेंट आर्टिकल है. ठीक है हम बेटा उनकी जो Wheatstone ब्रिज का कंसेप्ट है एक तो सानू न्यूमेरिकल सॉल्व करने में हेल्प करेगा, दूसरा कि इसकी हेल्प दे नाल इस बेसिक सर्किट की हेल्प दे नाल असी अननोन रेजिस्टेंस भी निकाल सकते. कितना निकालते हैं तो हेडिंग लिखो आता हो गया नोट है ना ਕੱਲ ਆਂਦੇ ਇਹ ਤਾਂ ਨਾ ਸ਼ਾਰਟ ਟੈਸਟ ਦੇ ਰਿਓ 10 ਮਿੰਟ ਚ ਇਹ ਸਿਰਫ ਇਹਦੇ ਇੰਪੋਰਟੈਂਟ ਬਹੁਤ ਹੈ ਹੁਣ ਲਿਖੋ ਬੇਟਾ ਇਸ ਦੀ ਹੀ ਐਪਲੀਕੇਸ਼ਨ ਹੈ ਔਰ ਇਹ ਪ੍ਰੈਕਟੀਕਲ ਵੀ ਕਰੋਗੇ ਤੁਸੀਂ ਲੈਬ ਦੇ ਵਿੱਚ ਮੀਟਰ ਬ੍ਰਿਜ ਔਰ ਸਲਾਈਡ ਵਾਇਰ ਬ੍ਰਿਜ practical form of Wheatstone bridge practical form of Wheatstone bridge this apparatus is used to find unknown resistance and resistivity of given wire. So, let's look principle. Principle key is the it is based on the principle of balanced Wheatstone bridge. Balanced Wheatstone bridge. Principle of balanced Wheatstone bridge. Construction.
ਕੰਸਟਰਕਸ਼ਨ ਚ ਦੇਖੋ ਬੇਟਾ ਸ਼ਾਇਦ ਪ੍ਰੈਕਟੀਕਲ ਤਾਂ ਨਹੀਂ ਕੀਤਾ ਤੁਸੀਂ ਹਲੇ ਮੀਟਰ ਫ੍ਰਿਜ ਦਾ ਹਾਂ ਜਦੋਂ ਨਾ ਤੁਸੀਂ ਲੈਬ ਦੇ ਵਿੱਚ ਜਾਓਗੇ ਸਲਾਈਡ ਵਾਇਰ ਬ੍ਰਿਜ ਜਾਂ ਵੀਟਸਟੋਨ ਬ੍ਰਿਜ ਦੇਖਣ ਨੂੰ ਕਿੱਦਾਂ ਦਾ ਹੋਏਗਾ ਇੱਕ ਨਾ ਵੂਡਨ ਬੋਰਡ ਹੋਏਗਾ ਲੱਕੜ ਦਾ ਇੱਕ ਮੀਟਰ ਤੋਂ ਥੋੜ੍ਹਾ ਜਿਹਾ ਲੰਬਾ ਟੁਕੜਾ ਹੋਏਗਾ ਥੋੜ੍ਹਾ ਚੌੜਾ ਹੋਏਗਾ ਵੂਡਨ ਬੋਰਡ ਇਸ ਵੂਡਨ ਬੋਰਡ ਦੇ ਉੱਪਰ ਤੁਸੀਂ ਦੇਖੋਗੇ ਬਈ ਇਸ ਤਰ੍ਹਾਂ ਕਾਪਰ ਦੀਆਂ ਸਟ੍ਰਿਪਸ ਲੱਗੀਆਂ ਹੋਣਗੀਆਂ ਆ ਸਟ੍ਰਿਪਸ ਹੈ ਇਹ ਕਾਪਰ ਸਟ੍ਰਿਪ ਹੈ ਆ ਵੀ ਆ ਵਿੱਚ ਗੈਪ ਹੈ ਇਹ ਗੈਪ ਹੈ ਔਰ ਇਹਨਾਂ ਸਟ੍ਰਿਪਸ ਦੇ ਉੱਪਰ ਜਿਸ ਤਰ੍ਹਾਂ ਸਕਰਿਊ ਲੱਗੇ ਆ ਦੋ ਇਹ ਜਿਹੜੇ ਦੋ ਸਕਰਿਊ ਲੱਗੇ ਆ ਨਾ ਇਹਨਾਂ ਨੂੰ ਇਹਨਾਂ ਨੇ ਆਪਸ ਚ ਜੋੜਿਆ ਹੋਇਆ ਇੱਕ ਵਾਇਰ ਦੇ ਨਾਲ ਮਤਲਬ ਆ ਇੱਕ ਤਾਰ ਲੱਗੀ ਹੋਏਗੀ ਔਰ ਇਹ ਤਾਰ ਨੋਰਮਲੀ ਕਾਹਦੀ ਬਣੀ ਹੋਣੀ ਹੈ ਅਲੋਏ ਦੀ ਕੋਨਸਟੈਂਟਨ ਦੀ ਜਾਂ ਮੈਂਗਨੀਨ ਅਲੋਏ ਦੀ ਬਣੀ ਹੋਏਗੀ ਔਰ ਇਹ ਤਾਰ ਕਿਉਂਕਿ ਇੱਕ ਮੀਟਰ ਲੰਬੀ ਹੁੰਦੀ ਹੈ ਇਸ ਕਰਕੇ ਇਹਨੂੰ ਮੀਟਰ ਬ੍ਰਿਜ ਕਹਿ ਦਿੰਦੇ ਹਾਂ ਕਿਉਂਕਿ ਇਸ ਵੀਟਸਟੋਨ ਬ੍ਰਿਜ ਦੇ ਵਿੱਚ ਇੱਕ ਮੀਟਰ ਲੰਬੀ ਤਾਰ ਯੂਜ ਕਰਦੇ ਹਾਂ ਤਾਂ ਦੈਟਸ ਵਾਈ ਇਟ ਇਜ਼ ਕਾਲਡ ਮੀਟਰ ਬ੍ਰਿਜ ਔਰ ਇਸ ਤਾਰ ਦੇ ਨੀਚੇ ਸਕੇਲ ਲੱਗੀ ਹੋਏਗੀ ਸਕੇਲ ਹੋਏਗੀ ਇਹਦਾ ਸਕੇਲ ਲੱਗੀ ਹੋਈ ਆ ਲਾਲ ਰੰਗ ਦੀ ਮੈਂ ਸ਼ੋ ਕਰ ਦਿੰਦਾ ਮੀਟਰ ਸਕੇਲ ਤਾਂ ਕਿ ਰੀਡਿੰਗ ਨੋਟ ਕੀਤੀ ਜਾ ਸਕੇ ਹੁਣ ਬੇਟਾ ਇਹਦੇ ਚ ਆਪਾਂ ਆ ਜਿਹੜਾ ਪੁਆਇੰਟ ਹੈ ਨਾ ਇਹਨੂੰ ਮੰਨਣਾ ਵਾ ਅਸੀਂ ਵੀਟਸਟੋਨ ਬ੍ਰਿਜ ਦੇ ਵਿੱਚ ਦੇਖਿਆ ਇੱਕ ਜੰਕਸ਼ਨ ਲਿਆ ਏ ਉਹ ਏ ਆਇਆ ਤੋ ਔਰ ਇਹਨੂੰ ਮੰਨਣਾ ਬੀ ਦਿਸ ਇਜ਼ ਬੀ ਔਰ ਧਿਆਨ ਦਿਓ ਜਿਹੜਾ ਵੀਟਸਟੋਨ ਬ੍ਰਿਜ ਹੈ ਉਹਦੇ ਏ ਔਰ ਬੀ ਜੰਕਸ਼ਨ ਦੇ ਵਿੱਚ ਅਸੀਂ ਬੈਟਰੀ ਲਗਾਈ ਹੈ ਨਾ ਇੱਥੇ ਅਸੀਂ ਇੱਕ ਬੈਟਰੀ ਕਨੈਕਟ ਕਰਦੇ ਨਹੀਂ ਨਾਲ ਕੀ ਵੀ ਕਰਦੇ ਨਹੀਂ ਤਾਂ ਕਿ ਲੋਡ ਪੈਣ ਤੇ ਅਸੀਂ ਇਹ ਸਰਕਟ ਆਫ ਕਰ ਸਕੀਏ ਇਸ ਕਰਕੇ ਇੱਥੇ ਕੀ ਲਗਾ ਦਿੱਤੀ ਪ੍ਰੈਕਟੀਕਲ ਚ ਜਦੋਂ ਕੀ ਬਾਹਰ ਹੈ ਤਾਂ ਆਫ ਹੈ ਜਦੋਂ ਬਾਹਰ ਆਗੇ ਤਾਂ ਆਨ ਹੋ ਜਾਏਗਾ ਅੱਛਾ ਹੁਣ ਦੁਬਾਰਾ ਦੇਖੋ ਆ ਜਿਹੜੇ ਦੋ ਗੈਪਸ ਹੈ ਠੀਕ ਹੈ ਇਹਨਾਂ ਵਿੱਚੋਂ ਇੱਕ ਗੈਪ ਹੈ ਮੰਨ ਲਓ ਤੁਹਾਨੂੰ ਕੋਈ ਕਹਿੰਦਾ ਵੀ ਆਹ ਨਾ ਇੱਕ ਰੈਜ਼ਿਸਟਰ ਹੈ ਇਹਦੀ ਰੈਜ਼ਿਸਟੈਂਸ ਫਾਈਂਡ ਆਊਟ ਕਰੋ ਤਾਂ ਜਿਹਦੀ ਤੁਸੀਂ ਰੈਜ਼ਿਸਟੈਂਸ ਫਾਈਂਡ ਆਊਟ ਕਰਨੀ ਹੈ ਉਹ ਸਾਡੇ ਲਈ ਅਨਨੋਨ ਰੈਜ਼ਿਸਟੈਂਸ ਹੈ ਤਾਂ ਅਨਨੋਨ ਰੈਜ਼ਿਸਟੈਂਸ ਨੂੰ ਅਸੀਂ ਰਾਈਟ ਗੈਪ ਚ ਲਗਾ ਦਿੱਤਾ ਉੱਤੇ ਫਿੱਟ ਕਰਤਾ ਤੇ ਲੈਫਟ ਗੈਪ ਚ ਇਹਨੂੰ ਲਗਾਉਣਾ ਅਸੀਂ ਤਾਂ ਇੱਕ ਨਾ ਪ੍ਰੈਕਟੀਕਲੀ ਸਾਡੇ ਕੋਲ ਇੱਕ ਤਾਂ ਹੁੰਦਾ ਰੀਓਸਟੈਟ ਸੁਣਿਆ ਨਾ ਰੀਓਸਟੈਟ ਵੇਰੀਏਬਲ ਰੈਜ਼ਿਸਟਰ ਠੀਕ ਹੈ ਪਰ ਅਸੀਂ ਉਹਦੇ ਨਾਲ ਰੈਜ਼ਿਸਟੈਂਸ ਵੇਰੀ ਤਾਂ ਕਰ ਸਕਦੇ ਹਾਂ ਪਰ ਸਾਨੂੰ ਨਹੀਂ ਪਤਾ ਕਿੰਨੀ ਰੈਜ਼ਿਸਟੈਂਸ ਹੈ ਵੇਰੀ ਕਰ ਸਕਦੇ
ਇੱਕ ਹੁੰਦਾ ਰੈਜ਼ਿਸਟੈਂਸ ਬਾਕਸ, ਵੱਡਾ ਡੱਬਾ ਹੁੰਦਾ, ਉਹ ਚ ਬਹੁਤ ਸਾਰੀਆਂ ਕੀਜ਼ ਹੁੰਦੀਆਂ ਪਈਆਂ, ਹਰ ਕੀ ਦੇ ਬਾਹਰ ਨਾ ਲਿਖਿਆ ਹੁੰਦਾ 1 ohm 2 ohm ਏਦਾਂ ਕਰਕੇ ਲਿਖੀ ਹੈ। ਜੇ ਤਾਂ ਉਹ ਪੂਰੇ ਡੱਬੇ ਦੇ ਵਿੱਚ ਸਾਰੀਆਂ ਕੀਜ਼ ਨੂੰ ਐ ਭਰਿਆ ਹੋਇਆ, ਟਾਈਟ ਕੀਤਾ ਹੋਇਆ, ਤਾਂ ਉਹਦੀ ਰੈਜ਼ਿਸਟੈਂਸ 0 ਮੰਨੀ ਜਾਂਦੀ। ਤੇ ਜੇ ਆਪਾਂ ਇੱਕ ਕੀ ਮੰਨ ਲਓ ਬਾਹਰ ਕੱਢ ਲਈ ਔਰ ਉਹ ਕੀ ਦੀ ਵੈਲਿਊ ਹੈ 1 ohm, ਜਿਹੜੀ ਕੀ ਬਾਹਰ ਕੱਢੀ ਉਹਦੀ ਅਗਰ ਵੈਲਿਊ 1 ohm ਹੈ, ਇਟ ਮੀਨਸ ਪੂਰੇ ਬਾਕਸ 'ਚ ਬਾਕੀ ਕੀਜ਼ ਹੈ ਇਨਸਰਟਡ ਹੈ, ਬਟ ਉਹ ਕੀ ਬਾਹਰ ਕੱਢੀ ਹੈ, ਤਾਂ ਅਸੀਂ ਕਹਾਂਗੇ ਕਿ ਉਸ ਬਾਕਸ ਦੀ ਰੈਜ਼ਿਸਟੈਂਸ 1 ohm। ਤੇ ਜੇ ਮੰਨ ਲਓ 1 ohm ਕੀ ਬਾਹਰ ਕੱਢੀ ਹੈ, ਨਾਲ ਇੱਕ ਹੋਰ 1 ohm ਕੀ ਦੂਸਰੀ ਵੀ ਬਾਹਰ ਕੱਢ ਲਏ, ਇਹ ਸਾਰੀਆਂ ਕੀਜ਼ ਆਪਸ 'ਚ ਸੀਰੀਜ਼ 'ਚ ਹੁੰਦੀਆਂ, ਤੇ ਜੇ 1 ohm ਦੀ ਕੀ ਹੋਰ ਬਾਹਰ ਕੱਢ ਲਈ ਤਾਂ ਅਸੀਂ ਕਹਾਂਗੇ ਕਿ 2 ohm ਹੋ ਗਈ ਰੈਜ਼ਿਸਟੈਂਸ। ਤੇ ਜੇ 5 ohm ਵਾਲੀ ਵੀ ਬਾਹਰ ਕੱਢ ਲਈ ਤਾਂ 7 ਹੋ ਗਈ, ਜੇ 10 ਵਾਲੀ ਵੀ ਕੱਢ ਲਈ ਤਾਂ 17 ਹੋ ਗਈ, ਐਂਡ ਸੋ ਉਹ ਪ੍ਰੈਕਟੀਕਲ ਕਰੋਗੇ ਪਤਾ ਲੱਗ ਜਾਏਗਾ। ਤੋ ਆ ਹੈ ਬੇਟਾ ਬੇਸਿਕਲੀ ਰੈਜ਼ਿਸਟੈਂਸ ਬਾਕਸ ਹੁੰਦਾ ਹੈ, ਔਰ ਉਹਦੀ ਇਹਦੀ ਰੈਜ਼ਿਸਟੈਂਸ ਅਸੀਂ ਆਪਣੀ ਮਰਜ਼ੀ ਨਾਲ 1 ohm 2 ohm 3 ohm 5 ohm 7 ohm ਜਿੰਨੀ ਵੀ ਹੈ ਅਸੀਂ ਬਦਲ ਸਕਦੇ ਹਾਂ, ਫਿਕਸ ਕਰ ਸਕਦੇ, ਇਹ ਵੇਰੀ ਹੈ, ਵੇਰੀਏਬਲ ਹੈ। ਫਿਰ ਇੱਥੇ ਨਾ ਟਰਮੀਨਲਸ ਲੱਗੇ ਹੁੰਦੇ ਆ, ਸਕਰੂ ਲੱਗੇ ਆ ਜਿਹਨਾਂ ਨਾਲ ਉਹ ਕਨੈਕਸ਼ਨ ਲੱਗ ਜਾਂਦੇ। ਤੇ ਇੱਕ ਆ ਸੈਂਟਰ ਵਾਲਾ ਜਿਹੜਾ ਕਨੈਕਸ਼ਨ ਹੈ ਆਵਰ, ਇਹਨੂੰ ਆਪਾਂ ਮੰਨ ਸਕਦੇ ਹਾਂ ਬੀ ਬੀ। ਹੁਣ ਗੌਰ ਨਾਲ ਦੇਖੋ, ਜਿਹੜੀ ਗੇਟਸਟੋਨ ਬ੍ਰਿਜ ਵਾਲਾ ਸਰਕਟ ਨਹੀਂ ਬਣਾਇਆ ਆਪਾਂ, ਇਹਨੂੰ ਬਦਲ ਵੀ ਸਕਦੇ ਹਾਂ, ਕੋਈ ਐਡੀ ਗੱਲ ਨਹੀਂ। ਤਾਂ ਦੇਖੋ ਉਹਦੇ ਵਿੱਚ ਤੁਹਾਨੂੰ 4 ਜੰਕਸ਼ਨਸ ਨਜ਼ਰ ਆ ਰਹੇ ਆ, ਏ ਬੀ ਸੀ ਡੀ, ਹੈਨਾ। ਜਿਹੜਾ ਜੰਕਸ਼ਨ ਹੈ ਏ ਤੇ ਡੀ, ਦੇਖੋ ਤਾਂ ਏ ਔਰ ਡੀ ਦੇ ਵਿੱਚ ਕਿਹੜੀ ਰੈਜ਼ਿਸਟੈਂਸ ਹੈ, ਐਸ ਐਸ। ਹਾਂ, ਤਾਂ ਤੁਸੀਂ ਇੱਥੇ ਐਸ ਵੀ ਕਰ ਸਕਦੇ ਹੋ, ਉਹ ਕੋਈ ਫਰਕ ਨਹੀਂ, ਇਹ ਤਿਆਰ ਕਰ ਲਓ, ਉਹਦੇ ਨਾਲ ਕੋਈ ਫਰਕ ਨਹੀਂ ਹੈ। ਇਹਨੂੰ ਲੈਫਟ ਗੈਪ ਕਹਿਣਾ, ਇਹਨੂੰ ਰਾਈਟ ਗੈਪ ਕਹਿਣਾ, ਇਹ ਯਾਦ ਰੱਖਣਾ। ਅੱਛਾ, ਬੀ ਔਰ ਡੀ ਚ ਹੈ ਆਰ ਆਰ ਬੀ ਔਰ ਡੀ ਚ। ਅੱਛਾ, ਫਿਰ ਕੀ ਕਰਨਾ ਅਸੀਂ, ਸੁਣੋ, ਇੱਕ ਕਨੈਕਟਿੰਗ ਵਾਇਰ ਲੈ ਕੇ ਇੱਥੇ ਜੋੜ ਦੀ ਤਾਰ, ਔਰ ਇੱਕ ਨਾ ਡਿਵਾਈਸ ਹੈ ਗਲਵੈਨੋਮੀਟਰ, ਗਲਵੈਨੋਮੀਟਰ ਦੇ 2 ਟਰਮੀਨਲਸ, ਤੋ ਡੀ ਤੋਂ ਤਾਰ ਜੋੜ ਕੇ ਗਲਵੈਨੋਮੀਟਰ ਦੇ 1 ਟਰਮੀਨਲ ਨਾਲ ਜੋੜਦੀ, ਤੇ ਗਲਵੈਨੋਮੀਟਰ ਦੇ 2 ਟਰਮੀਨਲ ਨਾਲ ਤਾਰ ਜੋੜ ਕੇ ਇੱਕ ਡਿਵਾਈਸ ਹੁੰਦਾ ਪੁੱਤ, ਉਹਨੂੰ ਅਸੀਂ ਕਹਿੰਦੇ ਆ ਜੌਕੀ, ਪੈਨ ਵਰਗਾ ਹੋਏਗਾ, ਤੋ ਬਟ ਇਹਦੇ ਅੰਦਰ ਇਹਦਾ ਬਾਹਰਲਾ ਜਿਹੜਾ ਆਟੇ ਪੈਨ ਆ, ਇਹ ਮੈਟਲ ਦੀ ਹੋਏਗੀ, ਔਰ ਇਹ ਮੈਟਲ ਦੀ ਟਿਪ ਦੇ ਪਿੱਛੇ ਮੈਟਲ ਵਾਇਰ ਜਾਏਗੀ ਪਿੱਛੇ ਤੱਕ, ਔਰ ਇੱਥੇ ਕਨੈਕਸ਼ਨ ਬਣੇਗਾ। ਤੋ ਉਹ ਜਿਹੜਾ ਜੋਕੀ ਹੈ ਉਹਨੂੰ ਅਸੀਂ ਕੀ ਕਰਨਾ, ਇੱਦਾਂ ਜਦੋਂ ਵਾਇਰ ਨਾਲ ਟੱਚ ਕਰਨਾ, ਠੀਕ ਹੈ, ਜਿੱਥੇ ਟੱਚ ਕਰਨਾ ਵਾ, ਜਿਸ ਪੁਆਇੰਟ ਤੇ ਟੱਚ ਕਰਨਾ, ਤਾਂ ਉਸਨੇ ਕੀ ਕਰਨਾ, ਇਸ 1 meter ਲੰਬੀ ਤਾਰ ਨੂੰ 2 ਪੋਰਸ਼ਨ ਚ ਡਿਵਾਈਡ ਕਰ ਦੇਣਾ, ਇੱਕ ਆਹ ਪੋਰਸ਼ਨ ਬਣ ਜਾਣਾ ਇੱਕ ਆ, ਔਰ ਉਹ ਜਿਹੜਾ ਪੁਆਇੰਟ ਟੱਚ ਕਰ ਰਹੇ ਹਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਵੇਟਸਟੋਨ ਬ੍ਰਿਜ ਦਾ ਸੀ ਪੁਆਇੰਟ, ਉਹਨੂੰ ਸੀ ਕਹਿੰਦੇ। ਤੋ ਜਿਹੜਾ ਜੌਕੀ ਹੈ ਉਹ ਇਲੈਕਟ੍ਰਿਕ ਕੰਟੈਕਟ ਬਣਾਉਣ ਲਈ ਯੂਜ਼ ਕੀਤਾ ਜਾਂਦਾ,
ਔਰ ਕਿਉਂਕਿ ਅਸੀਂ ਪ੍ਰੈਕਟੀਕਲ ਕਰਦੇ ਵਕਤ ਉਸ ਜੋਕੀ ਨੂੰ ਇਸ ਤਾਰ ਦੇ ਉੱਪਰ ਇੱਕ ਐਂਡ ਤੋਂ ਲੈ ਕੇ ਦੂਸਰੇ ਐਂਡ ਤੱਕ ਹਲਕਾ ਹਲਕਾ ਅੱਗੇ ਨੂੰ ਸਲਾਈਡ ਕਰਦੇ ਹੋਏ ਸ਼ਿਫਟ ਕਰਨਾ, ਇਸ ਕਰਕੇ ਇਸ ਬ੍ਰਿਜ ਨੂੰ ਅਸੀਂ ਸਲਾਈਡ ਵਾਇਰ ਬ੍ਰਿਜ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹਦੇ 'ਤੇ ਕੰਟੈਕਟ ਬਣਾਉਣ ਲਈ ਜੋਕੀ ਨੂੰ ਵਾਇਰ ਦੇ ਉੱਪਰ ਕੀ ਕੀਤਾ ਜਾਂਦਾ, ਸਲਾਈਡ ਕੀਤਾ ਜਾਂਦਾ, ਤੋ ਇਸ ਕਰਕੇ ਸਲਾਈਡ ਵਾਇਰ ਬ੍ਰਿਜ ਕਹਿ ਦਿੰਦੇ ਹਾਂ। ਹੁਣ ਆਓ ਵਾਪਸ, ਹੁਣ ਮੰਨ ਲਓ ਆ ਮੇਰੇ ਕੋਲ ਜੋਕੀ ਹੈ, ਇਹ ਤਾਂ ਪਕੜਿਆ ਮੈਂ, ਆ ਕੀ ਇਨਸਰਟ ਕੀਤੀ, ਉਸ ਤੋਂ ਬਾਅਦ ਮੈਂ ਏ ਪੁਆਇੰਟ, ਏ ਨੂੰ ਕਹਿ ਦੇਣਾ ਜ਼ੀਰੋ ਪੁਆਇੰਟ ਔਰ ਬੀ ਨੂੰ ਕਹਿ ਦੇਣਾ 100 ਸੈਂਟੀਮੀਟਰ, ਕਿਉਂਕਿ ਬੀ ਤੱਕ ਲੰਬਾਈ ਕਿੰਨੀ ਤਾਰ ਦੀ, 1 ਮੀਟਰ। ਤੋ ਮੈਂ ਕੀ ਕਰਨਾ, ਪ੍ਰੈਕਟੀਕਲ ਦੱਸ ਰਿਹਾ, ਏ ਪੁਆਇੰਟ ਤੇ ਜਦੋਂ ਜੋਕੀ ਨੂੰ ਟੱਚ ਕਰਨਾ ਨਾ, ਆ ਜਿਹੜਾ ਗਲਵੈਨੋਮੀਟਰ ਹੈ, ਗਲਵੈਨੋਮੀਟਰ ਦੀ ਜ਼ੀਰੋ ਜਿਹੜੀ ਹੈ ਨਾ ਉਹ ਸੈਂਟਰ ਤੇ ਹੁੰਦੀ, ਕੁਝ ਸੈਂਟਰ ਤੇ ਹੁੰਦੀ ਹੈ ਜ਼ੀਰੋ। ਜਦੋਂ ਮੈਂ ਜੋਕੀ ਨੂੰ ਇੱਥੇ ਏ ਨਾਲ ਟੱਚ ਕਰਨਾ ਤਾਂ ਮੈਂ ਕੀ ਓਬਜ਼ਰਵ ਕਰਨਾ ਕਿ ਜਿਹੜੀ ਗਲਵੈਨੋਮੀਟਰ ਦੀ ਨੀਡਲ ਹੈ ਉਹ ਰਾਈਟ ਸਾਈਡ ਵੱਲ ਡਿਫਲੈਕਟ ਹੋ ਗਈ ਸਪੋਜ਼, ਤਾਂ ਮੈਂ ਇਸ ਜੋਕੀ ਨੂੰ ਬਾਹਰ ਖਿੱਚ ਲਿਆ, ਹੁਣ ਮੈਂ ਇਹਨੂੰ ਸਿੱਧਾ ਹੀ ਬੀ ਤੇ ਟੱਚ ਕਰਨਾ, ਜਿੱਦਾਂ ਹੀ ਬੀ ਤੇ ਟੱਚ ਕੀਤਾ ਏ ਤੇ ਟੱਚ ਕਰਨ ਤੇ ਗਲਵੈਨੋਮੀਟਰ ਦੀ ਡਿਫਲੈਕਸ਼ਨ ਕਿਸ ਤਰਫ ਸੀ, ਰਾਈਟ ਤੇ ਸੀ, ਤੇ ਬੀ ਤੇ ਅਗਰ ਉਹ ਲੈਫਟ ਤੇ ਹੋ ਗਈ ਤਾਂ ਇਹਦਾ ਮਤਲਬ ਕਨੈਕਸ਼ਨਸ ਪ੍ਰੋਪਰ ਹੈ, ਪਰ ਅਗਰ ਕਈ ਵਾਰੀ ਗੜਬੜ ਹੁੰਦੀ ਹੈ, ਕਨੈਕਸ਼ਨਸ ਲੂਜ਼ ਹੈ ਜਾਂ ਮੀਟਰ ਬ੍ਰਿਜ ਦੇ ਅੰਦਰ ਕਨੈਕਸ਼ਨਸ ਢਿੱਲੇ ਹੈ, ਤੋ ਫਿਰ ਉਸ ਕੇਸ 'ਚ ਕੀ ਹੋਣਾ ਕਿ ਜਦੋਂ ਤੁਸੀਂ ਏ ਦੇ ਨਾਲ ਵਾਇਰ ਜੋਕੀ ਨੂੰ ਟੱਚ ਕਰਨਾ ਔਰ ਬੀ ਨਾਲ ਕਰਨਾ ਤਾਂ ਗਲਵੈਨੋਮੀਟਰ ਦੀ ਡਿਫਲੈਕਸ਼ਨ ਅਗਰ ਦੋਨੋਂ ਵਾਰ ਇੱਕੋ ਸਾਈਡ ਵੱਲ ਰਹਿੰਦੀ ਹੈ ਤਾਂ ਅਸੀਂ ਸਮਝ ਜਾਣਾ ਵੀ ਕਨੈਕਸ਼ਨ 'ਚ ਗੜਬੜ ਹੈ, ਐਡਜਸਟਮੈਂਟ ਕਰਨੀ ਪੈਣੀ, ਪਰ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਇਹ ਸਾਰਾ ਠੀਕ ਹੈ। ਤੋ ਹੁਣ ਅਸੀਂ ਕੀ ਕਰਨਾ, ਰੀਡਿੰਗ ਕਿੱਦਾਂ ਲੈਣੀ, ਤਾਂ ਸਭ ਤੋਂ ਪਹਿਲਾਂ ਅਸੀਂ ਆਹ ਜਿਹੜੀ ਰਿਜ਼ਿਸਟੈਂਸ ਹੈ ਬਾਕਸ, ਇਹਦੇ 'ਚੋਂ ਮੰਨ ਲਓ 2 ohm ਦੀ ਰਿਜ਼ਿਸਟੈਂਸ ਬਾਹਰ ਕੱਢ ਲਈ, ਇਹਦਾ ਮਤਲਬ ਆਰ ਦੀ ਵੈਲਿਊ ਸਾਨੂੰ ਪਤਾ ਲੱਗ ਗਈ ਕਿੰਨੀ ਹੈ, 2 ohm ਹੋ ਗਈ, ਆਰ ਨੋਨ ਹੈ, ਐਸ ਕੀ ਹੈ, ਅਨਨੋਨ, ਇਹ ਪਤਾ ਕਰਨੀ ਹੈ। ਤਾਂ ਅਸੀਂ ਜੋਕੀ ਨੂੰ ਏ ਨਾਲ ਟੱਚ ਕੀਤਾ 0 ਨਾਲ ਔਰ ਹਲਕਾ ਹਲਕਾ ਜੋਕੀ ਨੂੰ ਵਾਇਰ ਦੇ ਉੱਪਰ ਅੱਗੇ ਨੂੰ ਸ਼ਿਫਟ ਕਰ ਰਹੇ, ਔਰ ਅੱਗੇ ਨੂੰ ਸ਼ਿਫਟ ਕਰਨ ਤੇ ਅਸੀਂ ਕੀ ਦੇਖ ਰਹੇ ਹਾਂ ਕਿ ਇਹ ਜਿਹੜਾ ਗਲਵੈਨੋਮੀਟਰ ਹੈ ਏ ਤੇ ਟੱਚ ਕਰਨ ਤੇ ਨੀਡਲ ਇੱਥੇ ਸੀਗੀ ਰਾਈਟ ਸਾਈਡ ਵੱਲ, ਤਾਂ ਜਿੱਦਾਂ ਅਸੀਂ ਵਾਇਰ ਦੇ ਉੱਪਰ ਜੋਕੀ ਨੂੰ ਟੱਚ ਕਰਦੇ ਹੋਏ ਸਲਾਈਡ ਕਰਦੇ ਹੋਏ ਅੱਗੇ ਜਾ ਰਹੇ ਹਾਂ ਤਾਂ ਇਹ ਨੀਡਲ ਅੰਦਰ ਨੂੰ ਆਣੀ, 0 ਵੱਲ ਨੂੰ ਆਣੀ ਸ਼ੁਰੂ ਹੋ ਗਈ ਹੈ। ਤਾਂ ਅਸੀਂ ਆਪਣੀ ਜੋਕੀ ਦੀ ਮੂਵਮੈਂਟ ਨੂੰ ਕੰਟੀਨਿਊ ਕਰਨਾ, ਕਰਦੇ 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 ਇੱਕ ਜਗ੍ਹਾ ਤੇ ਜਾ ਕੇ ਰੁਕ ਜਾਣਾ, ਕਿੱਥੇ ਰੁਕਣਾ, ਜਦੋਂ ਸਾਡੇ ਗਲਵੈਨੋਮੀਟਰ ਦੇ ਅੰਦਰ ਨੀਡਲ ਕਿੱਥੇ ਆ ਚੁੱਕੀ ਹੈ, 0। ਇਹਦਾ ਮਤਲਬ ਕੀ ਹੋਇਆ ਕਿ ਗਲਵੈਨੋਮੀਟਰ ਵੀਟਸਟੋਨ ਬ੍ਰਿਜ 'ਚ ਗਲਵੈਨੋਮੀਟਰ ਦਾ ਕਰੰਟ 0 ਹੋ ਗਿਆ, ਇਟ ਮੀਨਸ ਵੀਟਸਟੋਨ ਬ੍ਰਿਜ ਕੀ ਹੋ ਚੁੱਕਾ, ਬੈਲੈਂਸ। ਤੋ ਆਹ ਜਿਹੜਾ ਪੁਆਇੰਟ ਹੈ ਜਿੱਥੇ ਟੱਚ ਕਰਦੇ ਸਾਰ ਹੀ ਗਲਵੈਨੋਮੀਟਰ ਦੀ ਡਿਫਲੈਕਸ਼ਨ 0 ਹੋ ਗਈ ਸੀ, ਤੋ ਇਹ ਬੈਲੈਂਸ ਪੁਆਇੰਟ ਹੈ ਔਰ ਨਲ ਪੁਆਇੰਟ।
ਸੀ ਗੈਪ ਉੱਥੇ ਰੁਕ ਜਾਣਾ। ਹੁਣ ਉਹ ਜਿਹੜਾ ਸੀ ਪੁਆਇੰਟ ਹੈ ਅਸੀਂ ਤੋਂ ਏ ਤੋਂ ਸੀ ਵਾਇਰ ਦਾ ਇੱਕ ਪੋਰਸ਼ਨ ਹੋ ਗਿਆ, ਤੋਂ ਏ ਟੂ ਸੀ ਵਾਇਰ ਦੀ ਰੈਜ਼ਿਸਟੈਂਸ ਆਪਾਂ ਕਿੰਨੀ ਲਿਖੀ ਹੈ ਦੇਖੋ ਡਾਇਗ੍ਰਾਮ ਚ E। ਤੋਂ ਆਪਾਂ ਕਹਿ ਸਕਦੇ ਹਾਂ ਏ ਤੋਂ ਸੀ ਜਿਹੜੀ ਵਾਇਰ ਹੈ ਇਹਦੀ ਇਹਦੀ ਰੈਜ਼ਿਸਟੈਂਸ ਹੈ P। ਇੰਨੇ ਹਿੱਸੇ ਦੀ ਰੈਜ਼ਿਸਟੈਂਸ ਹੈ P। ਪਰ ਰੈਜ਼ਿਸਟੈਂਸ ਤਾਂ ਹੁੰਦੀ ਹੈ ਵਾਇਰ ਦੀ ਰੈਜ਼ਿਸਟਿਵਿਟੀ, ਲੈਂਥ ਲੈਂਥ ਕਿਹੜੀ ਏ ਟੂ ਸੀ ਓਵਰ ਏਰੀਆ ਆਫ ਕ੍ਰੋਸ ਸੈਕਸ਼ਨ। ਅੱਛਾ ਤੇ ਸੀ ਟੂ ਬੀ ਉਸੇ ਵਾਇਰ ਦਾ ਦੂਸਰਾ ਹਿੱਸਾ ਹੋ ਗਿਆ ਅਲੱਗ, ਤਾਂ ਇਸ ਰੈਜ਼ਿਸਟੈਂਸ ਨੂੰ ਅਸੀਂ ਕਹਿ ਦੇਣਾ ਕਿਊ। ਔਰ ਇਹ ਕਿੰਨੀ ਹੋ ਜਾਣੀ, ਕਿਉਂਕਿ ਆਹ ਵਾਇਰ ਔਰ ਆਹ ਵਾਇਰ ਦਾ ਮਟੀਰੀਅਲ ਸੇਮ ਹੈ, ਰੋ ਤਾਂ ਸੇਮ ਹੀ ਹੈ, ਇਸ ਵਾਇਰ ਔਰ ਇਸ ਵਾਇਰ ਦੀ ਥਿਕਨੈਸ ਸੇਮ ਹੈ ਤਾਂ ਏ ਵੀ ਸੇਮ ਹੈ। ਪਰ ਜੇ ਆਹ ਲੈਂਥ ਐਲ ਹੈ ਤਾਂ ਆਹ ਲੈਂਥ ਕਿੰਨੀ ਹੋਏਗੀ, 100 ਮਾਈਨਸ ਐਲ, ਕਿਉਂਕਿ ਪੂਰੀ ਲੈਂਥ ਕਿੰਨੀ ਹੈ 100 ਸੈਂਟੀਮੀਟਰ। ਤੋ ਹੁਣ ਬੇਟਾ ਕਿਉਂਕਿ ਸੀ ਪੁਆਇੰਟ ਤੇ ਆ ਕੇ ਗਲਵੈਨੋਮੀਟਰ ਦੀ ਡਿਫਲੈਕਸ਼ਨ ਕੀ ਹੋ ਚੁੱਕੀ ਹੈ, ਜ਼ੀਰੋ, ਇਹਦਾ ਮਤਲਬ ਬੈਲੈਂਸਡ ਹੈ ਕੰਮ। ਇਟ ਮੀਨਸ ਐਸ ਔਰ ਕਿਊ ਤੇ ਪੀ ਔਰ ਆਰ ਦਾ ਪ੍ਰੋਡਕਟ ਐਸ ਕਿੰਨਾ ਆ ਜਾਏਗਾ, ਪਰ ਪੀ ਦੀ ਵੈਲਿਊ ਕਿੰਨੀ ਨੋਟ ਹੋਈ ਔਰ ਕਿਊ ਦੀ ਆ ਘਟੇ ਗਏ, ਤੋ ਐਸ ਐਲ ਆਰ ਓਵਰ ਉਹਨੇ ਫਾਰਮੂਲਾ ਤਿਆਰ ਹੈ। ਐਸ ਪਤਾ ਲੱਗ ਗਿਆ ਕਿਉਂ, ਕਿਉਂਕਿ ਆਰ 2 ਓਮ ਸੀ, ਐਲ ਦੀ ਵੈਲਿਊ ਮੀਟਰ ਸਕੇਲ ਤੋਂ ਪਤਾ ਲੱਗ ਜਾਣੀ ਐਲ, ਤੋ ਐਲ ਔਰ ਆਰ ਦੀ ਵੈਲਿਊ ਪੁੱਟ ਕਰਾਂਗੇ ਤਾਂ ਐਸ ਆ ਜਾਏ, ਸਮਝਗੇ। ਤੋ ਇਸ ਤਰੀਕੇ ਨਾਲ ਅਸੀਂ ਮੀਟਰ ਬ੍ਰਿਜ ਦੀ ਹੈਲਪ ਦੇ ਨਾਲ ਅਨਨੋਨ ਰੈਜ਼ਿਸਟੈਂਸ ਨਿਕਾਲ ਸਕਦੇ ਹਾਂ। ਇੱਕ ਤਾਂ ਡੈਰੀਵੇਸ਼ਨ ਚਾਂਸਸ ਘੱਟ ਹੈ, ਬਟ ਦੂਸਰਾ ਨੂਮੈਰੀਕਲਸ ਆ ਗਏ, ਕਿੱਦਾਂ ਆਣਗੇ ਉਹ ਪਤਾ ਲੱਗ ਜਾਏਗਾ ਕੱਲ ਅਸਾਈਨਮੈਂਟ ਕਰਨ। ਇੱਕ ਕੁਐਸਚਨ ਆਏਗਾ ਨਾ ਕਿ ਹਾਊ ਮੀਟਰ ਬ੍ਰਿਜ ਕੈਨ ਬੀ ਯੂਜ਼ ਟੂ ਫਾਈਂਡ ਅਨਨੋਨ ਰੈਜ਼ਿਸਟੈਂਸ।
तो निकल जाओ। तेरी कितनी ट्यूशन है? कितने पढ़ दी तू? अच्छा तू लाल बैठ। देखो हम सपोज मान लो ये जो अननोन रेजिस्टेंस है ना ये वायर दी फॉर्म च तार है। सानू क्या गया यार साढ़े को एक तार है
मेटल वायर है या जो भी वायर है एदी ना रेजिस्टिविटी दसो। हुण तुहानू याद आना चाहिदा कोई भी जिहड़ी मेटल वायर है या कोई भी वायर है उसकी रेजिस्टिविटी आपां कितना लिखते हैं रेजिस्टेंस नाल इहदे जोड़ते हैं आपां जनरली रेजिस्टेंस इज इक्वल टू रेजिस्टिविटी लेंथ ओवर एरिया। ਤਾਂ ਰੈਜ਼ਿਸਟਿਵਿਟੀ ਕਿੱਦਾਂ ਆ ਜਾਏਗੀ ਇਹਦਾ ਮਤਲਬ ਜਿਹੜੀ ਵਾਇਰ ਸਾਨੂੰ ਗਿਵਨ ਹੈ ਪ੍ਰੈਕਟੀਕਲ ਚ ਔਰ ਕਿਹਾ ਗਿਆ ਵੀ ਇਹਦੀ ਰੈਜ਼ਿਸਟਿਵਿਟੀ ਨਿਕਾਲੋ ਇੱਕ ਤਾਂ ਸਾਨੂੰ ਉਸ ਵਾਇਰ ਦੀ ਪਹਿਲਾਂ ਕੀ ਨੋਟ ਕਰਨੀ ਪੈਣੀ ਹੈ ਲੈਂਥ ਉਹ ਤਾਂ ਸਕੇਲ ਨਾਲ ਪਤਾ ਲੱਗ ਜਾਏਗੀ ਹੁਣ ਆਹ ਵਾਲੀ ਲੈਂਥ ਔਰ ਆਹ ਲੈਂਥ ਚ ਫਰਕ ਹੈ ਕੰਫਿਊਜ਼ ਨਾ ਕਰੀਓ ए जिस वायर की रेजिस्टिविटी निकालनी है ओदी लेंथ और ए की है उसे वायर का एरिया ऑफ क्रॉस सेक्शन कितना लगू वर्नियर कैलिपर या स्क्रू गेज ज्यादा बेटर रहना ओदी हेल्प दे नाल आपां उस वायर का डायामीटर निकालना और डायामीटर तो बाद एरिया ऑफ क्रॉस सेक्शन निकल आएगा। तो तीसरा चाहिए उस वायर की रेजिस्टेंस वो कितना निकलेगी तो आपां जिहड़ा लेफ्ट गैप है ਉਸ ਵਾਇਰ ਦਾ ਇੱਕ ਐਂਡ ਇੱਥੇ ਟਰਮੀਨਲ ਨਾਲ ਜੋੜਦਾ ਕਿ ਦੂਸਰਾ ਐਂਡ ਇੱਥੇ ਜੋੜਦਾ ਮਤਲਬ ਆਹ ਜਿਹੜਾ ਐਸ ਹੈ ਸ਼ੋਅ ਕੀਤਾ ਸਿੰਬਲ ਇੱਥੇ ਕੀ ਲਾਵਾਂਗੇ ਉਹ ਟਾਇਰ ਤਾਰ ਫਿੱਟ ਕਰਦਾ ਤੇ ਜਦੋਂ ਅਸੀਂ ਇਹ ਪ੍ਰੈਕਟੀਕਲ ਕਰਾਂਗੇ ਤਾਂ ਐਸ ਦੀ ਵੈਲਿਊ ਤਾਂ ਪ੍ਰੈਕਟੀਕਲ ਤੋਂ ਆ ਜਾਏਗੀ ਹਨਾ ਮੀਟਰ ਬ੍ਰਿਜ ਤੋਂ ਐਲ ਔਰ ਏ ਦੀ ਵੈਲਿਊ ਕਿੱਥੋਂ ਆਊਗੀ ਜਿਹੜੀ ਉਹ ਤਾਰ ਸੀ ਉਹਦੀ ਲੰਬਾਈ ਉਹਨੂੰ ਖੋਲ ਕੇ ਜਾਂ ਪਹਿਲਾਂ ਲਗਾਉਣ ਤੋਂ ਪਹਿਲਾਂ ਜਾਂ ਲਗਾਉਣ ਤੋਂ ਬਾਅਦ ਖੋਲ ਕੇ ਉਹਦੀ ਲੰਬਾਈ ਨੋਟ ਕਰ ਸਕਦੇ ਹਾਂ ਪਲੱਸ ਸਕਰੀਊ ਗੋਜ ਨਾਲ ਅਲੱਗ ਅਲੱਗ ਜਗ੍ਹਾ ਤੇ ਉਹਦਾ ਡਾਇਆਮੀਟਰ ਲੈ ਕੇ ਉਹਦਾ ਐਵਰੇਜ ਲੈ ਕੇ ਆ ਏਰੀਆ ਕੱਟ ਸਕਦੇ ਹਾਂ ਏਰੀਆ ਆਫ ਕ੍ਰੋਸ ਸੈਕਸ਼ਨ ਉਹ ਇੱਦਾਂ ਵੀ ਕੀਤਾ ਜਾ ਸਕਦਾ ਇਹ ਨੂਮੈਰੀਕਲ ਆ ਸਕਦਾ ਪਰ ਇੱਕ ਨੂਮੈਰੀਕਲ ਲਿਖੋ ਅੱਜ ਲਈ ਆਈਡੀਆ ਹੋ ਗਿਆ ਥੋੜ੍ਹਾ ਬਹੁਤ ਤਾਂ ਜਦੋਂ ਵੀ ਮੀਟਰ ਬ੍ਰਿਜ ਦਾ ਨੂਮੈਰੀਕਲ ਟਰਾਈ ਕਰਨਾ ਨਾ ਆਪਾਂ ਕੱਲ੍ਹ ਕਰਾਂਗੇ ਅਸਾਈਨਮੈਂਟ ਡਾਇਗ੍ਰਾਮ ਬਣਾ ਕੇ ਕਰਨੀ ਹੈ ਕੱਲ ਦੱਸਾਂਗਾ ਕਿੱਦਾਂ ਪੂਰੀ ਡਾਇਗ੍ਰਾਮ ਬਣਾ ਕੇ ਫਿਰ ਨੂਮੈਰੀਕਲ ਸੋਲਵ ਕਰਨਾ ਅਦਰਵਾਈਜ਼ ਕਨਫਿਊਜ਼ਨ ਹੋ ਜਾਣੀ ਹੁਣ ਆ ਦੇਖਿਓ ਆ ਜਿਹੜਾ ਤੁਹਾਡੇ ਕੋਲ equivalent resistance between A and B. देखो जब मैं इस सर्किट को देख रहा हूं तो इसकी जो शक्ल है वो व्हीटस्टोन ब्रिज वर्गी है ना इसका पहचान करना पड़ेगा ਤੋ ਇੱਕ ਦੋ ਤਿੰਨ ਚਾਰ ਇਹ ਚਾਰ ਇਹਦੀਆਂ ਆਰਮਸ ਰੈਜ਼ਿਸਟੈਂਸਿਸ ਹੈ ਪੀ ਕਿਊ ਆਰ ਐਸ ਔਰ ਆ ਇਸ ਦੀ ਬ੍ਰਿਜ ਰੈਜ਼ਿਸਟੈਂਸ ਠੀਕ ਹੈ
ਹੁਣ ਬੇਟਾ ਜੇ ਤੁਹਾਡੇ ਸਾਹਮਣੇ ਕੋਈ ਸਰਕਟ ਵੀਟਸਟੋਨ ਬ੍ਰਿਜ ਵਰਗਾ, ਸਭ ਤੋਂ ਪਹਿਲਾਂ ਚੈੱਕ ਕਰੋ ਕਿਆ ਉਹ ਬੈਲੈਂਸਡ ਹੈ ਕਿ ਨਹੀਂ ਹੈ। ਆਪੋਜ਼ਿਟ ਰੈਜ਼ਿਸਟੈਂਸ ਨੂੰ ਮਲਟੀਪਲਾਈ ਕਰੋ 40 ਤੇ ਅਦਰ ਨੂੰ ਵੀ ਕਰੋ 40 ਤੇ ਬੈਲੈਂਸਡ ਹੈ। ਅਗਰ ਇਹ ਬੈਲੈਂਸਡ ਹੈ, ਪਹਿਲਾ ਚੈੱਕ ਹੋ ਗਿਆ ਬੈਲੈਂਸਡ ਵੀਟਸਟੋਨ ਬ੍ਰਿਜ, ਕਿਉਂਕਿ 10 × 4 ਇਜ਼ ਇਕੁਅਲ ਟੂ 2 × 20। ਅਗਰ ਵੀਟਸਟੋਨ ਬ੍ਰਿਜ ਬੈਲੈਂਸਡ ਹੈ ਨਾ, ਪ੍ਰੂਵ ਹੋ ਗਿਆ ਤੁਹਾਡੇ ਕੋਲ ਸਾਹਮਣੇ, ਸਾਨੂੰ ਪਤਾ ਵਾ ਕਿ ਇਹਦੀ ਬ੍ਰਿਜ ਰੈਜ਼ਿਸਟੈਂਸ ਚ ਕੋਈ ਕਰੰਟ ਨਹੀਂ ਪਾਸ ਕਰ ਸਕਦਾ। ਜਿਹਦੇ ਚ ਕਰੰਟ ਹੀ ਨਹੀਂ ਪਾਸ ਕਰਨਾ, ਉਹ ਰਜਿਸਟਰ ਲੱਗੀ ਹੈ ਜਾਂ ਉਤਾਰ ਦਿੱਤੀ ਗਈ, ਉਹਨੇ ਕੋਈ ਇਫੈਕਟ ਨਹੀਂ ਕਰਨਾ ਸਕਦਾ। ਤਾਂ ਨਾਲ ਹੀ ਬ੍ਰਿਜ ਰੈਜ਼ਿਸਟੈਂਸ ਉਤਾਰ ਦਿਓ ਤਾਂ ਤੁਹਾਡੇ ਕੋਲ ਜਿਹੜਾ ਸਰਕਟ ਹੈ ਉਹ 10, 20, 2 ਤੇ 4 ਏਦਾਂ ਰਹਿ ਗਿਆ ਹਨਾ। ਹੁਣ ਏ ਤੋਂ ਬੀ ਤੱਕ ਦੀ ਇਕੁਇਵਲੈਂਟ ਕੱਢਣੀ ਹੈ ਨਾ, ਤਾਂ ਦੇਖੋ ਏ ਟੂ ਬੀ ਆ ਹੁਣ ਸੀਰੀਜ਼ ਹੋ ਗਿਆ, ਔਰ ਆ ਵੀ ਸੀਰੀਜ਼ ਹੈ, ਤਾਂ ਉੱਪਰ ਆ ਗਿਆ 30, ਨੀਚੇ ਹੈ 6। ਲਓ ਹੁਣ ਆ ਦੋਨੋਂ ਕੀ ਹੈ, ਪੈਰਲਲ ਹੈ। ਅਗਰ ਵੀਟਸਟੋਨ ਬ੍ਰਿਜ ਬੈਲੈਂਸਡ ਨਹੀਂ ਹੈ, ਇਹ ਵੀ ਹੋ ਤਾਂ ਇਕੁਇਵਲੈਂਟ ਰੈਜ਼ਿਸਟੈਂਸ ਕਿੱਦਾਂ ਨਿਕਾਲਣੀ ਹੈ, ਉਹ ਕੱਲ ਦੀ ਅਸਾਈਨਮੈਂਟ ਆਣਗੇ ਸਾਰੇ ਕੁਐਸਚਨ, ਮੀਟਰ ਬ੍ਰਿਜ ਵਾਲੇ ਵੀ, ਬੈਲੈਂਸਡ ਵੀਟਸਟੋਨ ਬ੍ਰਿਜ ਵਾਲੇ ਵੀ, ਅਨਬੈਲੈਂਸਡ ਵਾਲੇ ਵੀ। ਉਹ ਕੱਲ ਨੂੰ ਆਪਾਂ ਕੰਪਲੀਟ ਕਰਾਂਗੇ ਟੌਪਿਕ ਨੂੰ, ਹੈ ਨਾ। ਔਰ ਆਉਂਦੇ ਹੀ 10 ਮਿੰਟ ਦਾ ਟੈਸਟ ਦੇ ਰਹੀ ਹੋ ਵੀਟਸਟੋਨ।